ਹਮ ਤਾਰੇ ਆਖ ਦਿਨ ਵੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਨਮਸਕਾਰ, ਆ ਤੁਹਾਨੂੰ ਮਿਲਾਉਂਦੇ ਹਾਂ ਦੁਨੀਆ ਦੇ ਮਸ਼ਹੂਰ ਜੋਤਿਸ਼ੀ ਸੁਖਮਿੰਦਰ ਜੀ ਦੇ ਨਾਲ, ਜਿਨ੍ਹਾਂ ਦੇ ਉਪਾਏ ਰਤਨਾ ਅਤੇ ਸਿੱਧ ਕੀਤੇ ਹੋਏ ਰਤਨਾ ਨੇ ਜੋਤਿਸ਼ ਦੀ ਦੁਨੀਆ ਵਿੱਚ ਕ੍ਰਾਂਤੀ ਲਿਆ ਦਿੱਤੀ। ਸੁਖਮਿੰਦਰ ਜੀ, ਤੁਹਾਡਾ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਆਓ ਹੁਣ ਅਸੀਂ ਜਾਣਦੇ ਹਾਂ ਕਿ ਅੱਜ ਤੁਸੀਂ ਕਿਸ ਵਿਸ਼ੇ ਤੇ ਜਾਣਕਾਰੀ ਦਿਓਗੇ। ਨਮਸਕਾਰ, ਅੱਜ ਅਸੀਂ ਗੱਲ ਕਰਦੇ ਹਾਂ ਕਿ ਵਿਆਹ ਇਨਸਾਨ ਦਾ ਕਿਹੜੀ ਦਿਸ਼ਾ ਦੇ ਵਿੱਚ ਹੋਏਗਾ। ਸ਼ੁੱਕਰ ਤੋਂ ਜਿਹੜਾ ਸਤਮੇਸ਼ ਦੀ ਜਿਹੜੀ ਦਿਸ਼ਾ ਹੋਵੇ ਉਸ ਦਿਸ਼ਾ ਦੇ ਵਿੱਚ ਆਮ ਤੌਰ ਤੇ ਵਰ ਦਾ ਵਿਆਹ ਹੁੰਦਾ ਤੇ ਸ਼ੁੱਕਰ ਤੋਂ ਸੱਤਵੇਂ ਜਿਹੜਾ ਹੈ ਕੰਨਿਆ ਰਾਸ਼ੀ ਦਾ ਜਦੋਂ ਭਾਵ ਹੁੰਦਾ ਤਾਂ ਸ਼ੁੱਕਰ ਜਿਹੜਾ ਸਤਮੇਸ਼ ਬੁੱਧ ਫਿਰ ਹੁੰਦਾ ਤਾਂ ਬੁੱਧ ਦੀ ਦਿਸ਼ਾ ਉੱਤਰ ਹੈਗੀ ਹੈ। ਸੋ ਇਸ ਲਈ ਉੱਤਰ ਦਿਸ਼ਾ ਵੱਲ ਵਿਆਹ ਹੋਣ ਦੀ ਸੰਭਾਵਨਾ ਪਾਉਂਦੀ ਹੈ। ਸਤਮੇਸ਼ ਤੇ ਸ਼ੁੱਕਰ ਦੇ ਅੰਸ਼ ਤੇ ਕਲਾ ਦੇ ਯੋਗ ਦੇ ਨਾਲ ਪ੍ਰਾਪਤ ਰਾਸ਼ੀ ਦਾ ਨਵਾਂਸ਼ ਜੇ ਸਥਿਰ ਹੁੰਦਾ ਤਾਂ ਵਿਆਹ ਜਿਹੜਾ ਨੇੜੇ ਹੁੰਦਾ ਹੈ। ਦੂਜੀ ਸੁਭਾਵ ਹੋਵੇ ਤਾਂ ਬਹੁਤ ਦੂਰ ਹੁੰਦਾ ਹੈ, ਨਾ ਬਹੁਤ ਦੂਰ, ਜੇ ਚਾਰ ਹੋਵੇ ਤਾਂ ਬਹੁਤ ਜ਼ਿਆਦਾ ਦੂਰ ਹੁੰਦਾ ਹੈ। ਸੋ ਵਿਆਹ ਕਦ ਹੋਵੇਗਾ, ਜਿਹੜੇ ਗ੍ਰਹਿ ਸੱਤਵੇਂ ਭਾਵ ਨੂੰ ਦੇਖਦੇ ਆ ਉਹਨਾਂ ਦੀ ਮਹਾਂਦਸ਼ਾ ਦੇ ਵਿੱਚ ਵਿਆਹ ਹੁੰਦਾ ਹੈ। ਸੋ ਲਗਨੇਸ਼ ਜਦੋਂ ਗੋਚਰ ਕਰਦੇ ਹੋਏ ਸੱਤਵੇਂ ਸਥਾਨ 'ਚ ਆ ਜਾਂਦਾ ਤਾਂ ਵਿਆਹ ਹੁੰਦਾ ਹੈ। ਲਗਨੇਸ਼ ਜਿਸ ਰਾਸ਼ੀ ਦੇ ਵਿੱਚ ਹੋਵੇ ਉਹਦੇ ਵਿੱਚ ਜਿਹੜਾ ਪੰਚਮ ਨਵਮ ਅਤੇ ਜਿਹੜਾ ਗੋਚਰ ਵਾ ਸ਼ੁੱਕਰ ਅਤੇ ਸਤਮੇਸ਼ ਆਉਂਦਾ ਤਦ ਵਿਆਹ ਹੁੰਦਾ ਹੈ। ਲਗਨੇਸ਼ ਦੀ ਦਸ਼ਾ ਅੰਤਰ ਦਸ਼ਾ ਦੇ ਵਿੱਚ ਵਿਆਹ ਹੁੰਦਾ ਹੈ। ਸੋ ਜਦੋਂ ਅਸੀਂ ਕੁੰਡਲੀ ਤੋਂ ਦੇਖਦੇ ਹਾਂ ਕਿ ਚੰਦਰਮਾ ਅਤੇ ਸ਼ੁੱਕਰ ਦੇ ਵਿੱਚੋਂ ਕਿਹੜਾ ਬਲਵਾਨ ਹੈਗਾ ਉਹਦੀ ਦਸ਼ਾ ਦੇ ਵਿੱਚ ਜਾਂ ਉਹਦੇ ਸਤਮੇਸ਼ ਦੀ ਦਸ਼ਾ ਦੇ ਵਿੱਚ ਜਦ ਉਸ 'ਤੇ ਜਾਂ ਫਿਰ ਇਸ ਤੋਂ ਤਰਕਾਉਣ ਦੇ ਵਿੱਚ ਬ੍ਰਹਸਪਤੀ ਆ ਜਾਵੇ ਤਦ ਵਿਆਹ ਹੁੰਦਾ ਹੈ। ਦ੍ਵਿਤੇਸ਼ ਦੀ ਦਸ਼ਾ ਅੰਤਰ ਦਸ਼ਾ ਦੇ ਵਿੱਚ ਵਿਆਹ ਹੁੰਦਾ ਹੈ। ਸਤਮੇਸ਼ ਯੁਕਤ ਜਿਹੜਾ ਸੱਤਵੇਂ ਸਥਾਨ ਦੇ ਵਿੱਚ ਸਥਿਤ ਗ੍ਰਹਿ ਦੀ ਦਸ਼ਾ ਅੰਤਰ ਦਸ਼ਾ ਦੇ ਵਿੱਚ ਵਿਆਹ ਹੁੰਦਾ ਹੈ। ਹੁਣ ਬੜੇ ਲੋਕ ਪੁੱਛਦੇ ਆ ਕਿ ਪਤੀ ਕਿੱਦਾਂ ਦਾ ਮਿਲੇਗਾ। ਸੋ ਨਮੇਸ਼ ਤੇ ਗੁਰੂ ਯਾਨੀ ਬ੍ਰਹਸਪਤੀ ਕੇਂਦਰ ਜਾਂ ਤ੍ਰਿਕੋਣ ਦੇ ਵਿੱਚ ਹੋਣ ਤਾਂ ਲੰਬੀ ਉਮਰ ਤੇ ਧਨੀ ਪਤੀ ਮਿਲਦਾ ਹੈ। ਸਤਮੇਸ਼ ਦੇ ਵਿੱਚ ਕੋਈ ਵੀ ਸ਼ੁਭ ਗ੍ਰਹਿ ਜਿਹੜਾ ਹੈ ਸਰਵੋੱਚ ਫਿਰ ਜਿਹੜਾ ਸਭ ਖੇਤਰੀ ਮੂਲ ਤ੍ਰਿਕੋਣ ਦੇ ਵਿੱਚ ਹੋਵੇ ਤਾਂ ਗੁਣੀ ਜਾਂ ਰਾਜਧਿਪਤੀ ਪਤੀ ਮਿਲਦਾ ਹੈ। ਸੋ ਨੌਵੇਂ ਭਾਵ ਦੇ ਵਿੱਚ ਸ਼ੁਭ ਗ੍ਰਹਿ ਹੋਣ ਤਾਂ ਪਤੀ ਜਿਹੜਾ ਗੁਣਵਾਨ ਧਨੀ ਸੁਖੀ ਤੇ ਵੈਭਵ ਯੁਕਤ ਮਿਲਦਾ ਹੈ। ਸੱਤਵੇਂ ਭਾਵ ਦੇ ਵਿੱਚ ਸ਼ੁਭ ਗ੍ਰਹਿ ਹੋਣ ਤਾਂ ਆਪਣੇ ਕਹਿਣ ਦੇ ਉੱਤੇ ਚੱਲਣ ਵਾਲਾ ਪਤੀ ਮਿਲਦਾ ਹੈ। ਸੱਤਵੇਂ ਭਾਵ ਦੇ ਵਿੱਚ ਸ਼ਨੀ ਜਾਂ ਸ਼ਨੀ ਦੀ ਰਾਸ਼ੀ ਹੋਵੇ ਤੇ ਉਹਦੇ ਵਿੱਚ ਕੋਈ ਹੋਰ ਗ੍ਰਹਿ ਨਾ ਹੋਵੇ ਤਾਂ ਜ਼ਿਆਦਾ ਉਮਰ ਵਾਲਾ ਪਤੀ ਮਿਲਦਾ ਹੈ। ਲਗਨ ਜਾਂ ਚੰਦਰਮਾ ਤੋਂ ਸੱਤਵੇਂ ਦੇ ਵਿੱਚ ਬੁੱਧ ਜਾਂ ਸ਼ਨੀ ਹੋਵੇ ਤਾਂ ਨਪੁੰਸਕ ਪਤੀ ਵੀ ਮਿਲ ਜਾਂਦਾ ਹੈ। ਪਤਨੀ ਕਿੱਦਾਂ ਨਹੀਂ ਮਿਲੇਗੀ। ਸੋ ਸੱਤਵੇਂ ਭਾਵ ਸਤਮੇਸ਼ ਜਾਂ ਸੱਤਮ ਭਾਵ ਦਾ ਕਾਰਕ ਜਿਹੜਾ ਗੁਰੂ ਸ਼ੁੱਕਰ ਦੇ ਨਾਲ ਦ੍ਰਿਸ਼ਟ ਹੋਵੇ ਤੇ ਸ਼੍ਰੇਸ਼ਟ ਗੁਣਾਂ ਵਾਲੀ ਬਹੁਤ ਸੋਹਣੀ ਪਤਨੀ ਮਿਲਦੀ ਹੈ। ਸੋ ਪੂਰਨ ਜਿਹੜਾ ਹੈ ਚੰਦਰਮਾ ਸ਼ੁਭ ਗ੍ਰਹਿ ਯੁਕਤ ਜਾਂ ਫਿਰ ਜਿਹੜਾ ਹੈ ਦ੍ਰਿਸ਼ਟ ਹੋਵੇ ਸੱਤਵੇਂ ਦੇ ਵਿੱਚ ਹੀ ਹੋਵੇ ਤਾਂ ਸ਼੍ਰੇਸ਼ਟ ਤੇ ਸੁੰਦਰ ਪਤਨੀ ਮਿਲਦੀ ਹੈ। ਸੱਤਵੇਂ ਦੇ ਵਿੱਚ ਬ੍ਰਹਸਪਤੀ ਹੋਵੇ ਜਾਂ ਫਿਰ ਸੱਤਵੇਂ ਭਾਵ ਦੇ ਉੱਤੇ ਸ਼ੁੱਕਰ ਦੀ ਦ੍ਰਿਸ਼ਟੀ ਹੋਵੇ ਤਾਂ ਸੁੰਦਰ ਗੁਣਾਂ ਨਾਲ ਯੁਕਤ ਪਤਨੀ ਮਿਲਦੀ ਹੈ। ਸੱਤਵੇਂ ਦੇ ਵਿੱਚ ਬ੍ਰਹਸਪਤੀ ਸ਼ੁੱਕਰ ਜਾਂ ਇਹਨਾਂ ਦੇ ਵਿੱਚੋਂ ਕੋਈ ਚੰਦਰ ਜਾਂ ਕੋਈ ਗ੍ਰਹਿ ਹੋਵੇ ਤਾਂ ਸ਼੍ਰੇਸ਼ਟ ਤੇ ਗੁਣੀ ਪਤਨੀ ਮਿਲਦੀ ਹੈ। ਸੱਤਵੇਂ ਦੇ ਵਿੱਚ ਸ਼ੁੱਕਰ ਜਿਹੜਾ ਹੈ ਸ਼ੁਭ ਰਾਸ਼ੀ ਦੇ ਵਿੱਚ ਸ਼ੁਭ ਗ੍ਰਹਿ ਯੁਕਤ ਜਾਂ ਦ੍ਰਿਸ਼ਟ ਹੋਵੇ ਤਾਂ ਕਮਲ ਦੀਆਂ ਅੱਖਾਂ ਵਰਗੀ ਵੀ ਪਤਨੀ ਮਿਲਦੀ ਹੈ। ਇੱਕ ਰੋਗੀ ਨੂੰ ਤੁਸੀਂ ਸਵੇਰੇ ਸਵੇਰੇ ਜਾਂ ਸਵੇਰੇ ਸ਼ਾਮ ਦੋਨੇ ਟਾਈਮ 250 ਗ੍ਰਾਮ ਅੰਗੂਰ ਜਾਂ ਉਹਨਾਂ ਦਾ ਰਸ ਦਿਓਗੇ ਤਾਂ ਮਿਰਗੀ ਦੇ ਰੋਗ ਦੇ ਵਿੱਚੋਂ। ਜਦੋਂ ਅਸੀਂ ਵਾਸਤੂ ਦੀ ਗੱਲ ਕਰਦੇ ਹਾਂ ਤੇ ਨਾਲ ਹੀ ਗੱਲ ਕਰਦੇ ਹਾਂ ਨਕਸ਼ਤਰਾਂ ਦੀ। 28 ਨਕਸ਼ਤਰ ਅਸੀਂ ਮੰਨਦੇ ਹਾਂ ਜਿਨ੍ਹਾਂ ਵਿੱਚੋਂ 14 ਨਕਸ਼ਤਰ ਸੂਰਜ ਦੇ ਤੇ 14 ਜਿਹੜੇ ਚੰਦਰਮਾ ਦੇ ਨੇ। ਸੰਖਿਆ ਜਿਹੜੀ 1, 2, 3, 6, 7, 8, 9, 10 ਫਿਰ 20, 21, 23, 24, 26, 28 ਇਹ ਨਕਸ਼ਤਰ ਜਿਹੜੇ ਚੰਦਰ ਦੇ ਅਤੇ ਬਾਕੀ ਸੂਰਜ ਦੇ ਨੇ। ਸੂਰਜ ਅਤੇ ਚੰਦਰ ਦੋਨੇ ਹੀ ਜਿਹੜੇ ਖੰਡ ਦੇ ਵਿੱਚ ਜਦੋਂ ਹੁੰਦੇ ਆ ਤਾਂ ਧਨ ਜਿਹੜਾ ਹੈ ਧਰਤੀ ਦੇ ਵਿੱਚ ਹੁੰਦਾ, ਐਸਾ ਉਦੋਂ ਹੁੰਦਾ। ਵਾਸਤੂ 'ਚ ਅਸੀਂ ਦੇਖਦੇ ਹਾਂ ਕਿ ਧਰਤੀ ਦੇ ਵਿੱਚ ਕੋਈ ਗੱਡਿਆ ਹੋਇਆ ਧਨ ਤਾਂ ਨਹੀਂ ਹੈ। ਦੋਨੋਂ ਹੀ ਸੂਰਜ ਜਦੋਂ ਖੰਡ ਦੇ ਵਿੱਚ ਹੁੰਦੇ ਆ ਤਾਂ ਆਮ ਤੌਰ 'ਤੇ ਧਨ ਨਹੀਂ ਹੁੰਦਾ। ਸੋ ਸਾਰੀਆਂ ਕੋਸ਼ਿਸ਼ਾਂ ਬੇਕਾਰ ਜਾਂਦੀਆਂ। ਫਿਰ ਸੂਰਜ ਅਤੇ ਚੰਦਰ ਆਪਣੇ ਆਪਣੇ ਖੰਡ ਦੇ ਵਿੱਚ ਹੁੰਦੇ ਆ ਤਾਂ ਧਨ ਜਿਹੜੇ ਬਹੁਤ ਘੱਟ ਮਾਤਰਾ ਦੇ ਵਿੱਚ ਹੁੰਦਾ। ਫਿਰ ਚੰਦਰ ਸੂਰਜ ਖੰਡ ਦੇ ਵਿੱਚ ਅਤੇ ਸੂਰਜ ਚੰਦਰ ਖੰਡ ਦੇ ਵਿੱਚ ਹੋਵੇ ਤਾਂ ਧਰਤੀ ਖਾਲੀ ਹੁੰਦੀ ਹੈ। ਉਸ ਤੋਂ ਬਾਅਦ ਲਗਨ ਦੀ ਸਥਿਤੀ ਵੀ ਅਸੀਂ ਦੇਖੀਏ, ਜੇ ਚੰਦਰਮਾ ਦੇ ਨਾਲ ਨਾਲ ਜਿਹੜਾ ਹੈ ਪਾਪ ਗ੍ਰਹਿ ਹੁੰਦੇ ਆ ਤਾਂ ਧਨ ਕਦੀ ਵੀ ਪ੍ਰਾਪਤ ਨਹੀਂ ਹੁੰਦਾ। ਜੇ ਚੰਦਰਮਾ ਸ਼ੁਭ ਗ੍ਰਹਿ ਦੀ ਰਾਸ਼ੀ ਦੇ ਵਿੱਚ ਹੋਵੇ, ਸ਼ੁਭ ਗ੍ਰਹਿਆਂ ਦੇ ਨਾਲ ਹੋਵੇ ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਧਨ ਮਿਲ ਜਾਂਦਾ ਹੈ। ਸਮੇਂ ਪਹਿਲਾਂ ਡੀਜੇ ਕੰਮ ਸ਼ੁਰੂ ਕੀਤਾ ਸੀ, ਪਰ ਉਹਦੇ ਕੰਮ ਵਿੱਚ ਰਾਸ ਨਾ ਆਇਆ। ਜਦੋਂ ਸੁਖਿੰਦਰ ਪੰਡਿਤ ਜੀ ਨੂੰ ਮਿਲਿਆ, ਉਹਨਾਂ ਨੇ ਕੁਛ ਆਪਣੇ ਉਪਾਏ ਦੱਸੇ, ਉਹਨਾਂ ਦੇ ਉਪਾਏ ਲੈਣ ਨਾਲ ਬਹੁਤ ਰਾਸ ਆਈ, ਇਸ ਚੀਜ਼ ਨਾਲ ਮੇਰੇ ਕੰਮ ਤਰੱਕੀ ਆ। ਅੱਜ ਮੈਂ ਉਹਨੇ ਬਹੁਤ ਧੰਨਵਾਦ ਕਰਦਾ ਹਾਂ। ਮੇਰਾ ਨਾਮ ਪ੍ਰਣਵ ਹੈ। ਮੇਰੇ ਕੋਲ ਸੁਖਵਿੰਦਰ ਜੀ ਨੇ ਕਹਾ ਥਾ, ਮੇਰੇ ਕੋਲ ਥੋੜ੍ਹੀ ਪ੍ਰੋਬਲਮ ਸੀ ਤਾਂ ਸੁਖਵਿੰਦਰ ਜੀ ਕੇ ਪਾਸ ਮੈਂ ਗਿਆ ਥਾ। ਉਹਨਾਂ ਨੇ ਮੇਰੇ ਕੋਲ ਕਹਾ ਕਿ ਕਾਨ ਮੇਂ ਛੇਕ ਕਰਾਓ, ਕੋਈ ਮਤਲਬ ਡਾਲੋ, ਔਰ ਕਾਫੀ ਚੀਜ਼ਾਂ ਮੈਨੇ ਪਹਿਨੀ ਹੋਈ ਹੈ, ਇਹ ਰਾਮ ਨਾਮ ਕਹੀਏ, ਜਾਪਮਾਲਾ ਵੀ ਡਾਲੀ ਹੋਈ ਹੈ, ਔਰ ਉਸ ਮੇਰੀ ਪ੍ਰੋਬਲਮ ਸਾਫ਼। ਮੈਂ ਸੁਖਵਿੰਦਰ ਜੀ ਦਾ ਪ੍ਰੋਗਰਾਮ ਬਹੁਤ ਟੀ ਵੀ 'ਤੇ ਦੇਖਦਾ, ਇਹਨਾਂ ਦਾ ਪ੍ਰੋਗਰਾਮ ਬਹੁਤ ਵਧੀਆ ਹੈ। ਮੈਂ ਕਿਸੇ ਕੰਮ ਲਈ ਇਹਨਾਂ ਕੋਲ ਆਇਆ ਸੀ ਅਤੇ ਇਹਨਾਂ ਨੇ ਮੈਨੂੰ ਉਪਾਅ ਦੱਸੇ, ਮੈਂ ਉਪਾਅ ਕੀਤੇ ਅਤੇ ਮੇਰਾ ਬਹੁਤ ਵਧੀਆ ਕੰਮ ਚੱਲਣਾ ਸ਼ੁਰੂ ਹੋ ਗਿਆ। ਮੈਂ ਤੁਹਾਡੇ ਅੱਗੇ ਬੇਨਤੀ ਕਰਦਾ, ਤੁਸੀਂ ਸੁਖਵਿੰਦਰ ਜੀ ਇੱਕ ਵਾਰ ਆ ਕੇ ਮਿਲੋ ਅਤੇ ਆਪਣੀ ਜੋ ਵੀ ਪ੍ਰੋਬਲਮ ਹੈਗੀ ਉਹਨੂੰ ਹੱਲ ਕਰਵਾਓ।
ਪੰਜਮੁਖੀ ਰੁਦਰਾਕਸ਼ ਜਿਹੜਾ ਸ਼ੂਦਰ ਜਾਤੀ ਦਾ ਇਹ ਕੜਵੀ ਤੁੰਬੀ ਦੇ ਪੱਤੇ ਤੇ ਕਰੰਜ ਦੀ ਛਾਲ ਦੇ ਇਹਨਾਂ ਨੂੰ ਤਿੰਨਾਂ ਚੀਜ਼ਾਂ ਨੂੰ ਸਮਾਨ ਮਾਤਰਾ ਦੇ ਵਿੱਚ ਲੈ ਕੇ ਬੱਕਰੀ ਜਾਂ ਬੱਕਰੇ ਦੇ ਯੂਰਿਨ ਯਾਨੀ ਕਿ ਮੂਤਰ ਦੇ ਵਿੱਚ ਅਸੀਂ ਜੇ ਪੀਸਦੇ ਹਾਂ ਥੂਹਰ ਦਾ ਦੁੱਧ ਮਿਲਾ ਕੇ ਅਸੀਂ ਬਵਾਸੀਰ ਦੇ ਮੱਸਿਆਂ ਤੇ ਜੇ ਲਗਾਉਂਦੇ ਹਾਂ ਤਾਂ ਮੱਸੇ ਬਹੁਤ ਜਲਦੀ ਖਤਮ ਹੋ ਜਾਂਦੇ ਆ ਤੇ ਬਵਾਸੀਰ 'ਚ ਆਰਾਮ ਮਿਲਦਾ ਹੈ। ਸੋ ਇੱਦਾਂ ਹੀ ਸਾਹ ਦੇ ਰੋਗਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਛੇਮੁਖੀ ਰੁਦਰਾਕਸ਼ ਦਾ ਚੂਰਨ ਇੱਕ ਹਿੱਸਾ ਤੇ ਸਿਤੋਪਲਾਦੀ ਚੂਰਨ ਜਿਹੜਾ ਹੈ ਚਾਰ ਹਿੱਸੇ ਮਿਲਾ ਕੇ ਸ਼ਹਿਦ ਦੇ ਨਾਲ ਜਦੋਂ ਚਟਾਉਂਦੇ ਹਾਂ ਤਾਂ ਸਾਹ ਦੇ ਰੋਗ ਦੇ ਵਿੱਚ ਇਨਸਾਨ ਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਹੈ। ਸੋ ਰੁਦਰਾਕਸ਼ ਜ਼ਿਆਦਾ ਮਹਿੰਗੇ ਨਹੀਂ, ਸਿਰਫ 350 ਤੋਂ ਇੱਕ ਰੁਦਰਾਕਸ਼ ਸ਼ੁਰੂ ਹੋ ਜਾਂਦਾ ਹੈ ਅਤੇ ਮੇਰਾ ਖਿਆਲ ਹੈ ਕਿ ਹਰ ਬੰਦੇ ਨੂੰ ਰੁਦਰਾਕਸ਼ ਜ਼ਰੂਰ ਪਾ ਲੈਣਾ ਚਾਹੀਦਾ ਤਾਂ ਕਿ ਉਹਦੇ ਨਾਲ ਬਹੁਤ ਅੱਛੇ ਬੈਨੀਫਿਟਸ ਬਹੁਤ ਤੇਜ਼ੀ ਦੇ ਨਾਲ ਸਾਨੂੰ ਮਿਲ ਸਕਣ। ਜੇ ਪਾਰਟਨਰਸ਼ਿਪ ਦੇ ਵਿੱਚ ਲੜਾਈ ਝਗੜਾ ਹੋ ਰਿਹਾ ਹੋਵੇ ਤਾਂ ਵਿਸ਼ੇਸ਼ ਮਹੂਰਤ ਨੂੰ ਜਾਂ ਦੀਵਾਲੀ ਦੀ ਰਾਤ ਨੂੰ ਕੱਚਾ ਸੂਤ ਲੈ ਕੇ ਉਹਨੂੰ ਰੋਲੀ ਦੇ ਨਾਲ ਰੰਗ ਲਓ, ਉਹਨੂੰ ਜਿਹੜਾ ਮਾਂ ਲਕਸ਼ਮੀ ਜੀ ਦੇ ਅੱਗੇ ਰੱਖ ਕੇ ਪ੍ਰਾਰਥਨਾ ਕਰੋ ਕਿ ਸਾਡਾ ਕੰਮ ਕਾਜ ਠੀਕ ਨਹੀਂ ਚੱਲ ਰਿਹਾ, ਲੜਾਈ ਝਗੜਾ ਨਾ ਹੋਵੇ ਤਾਂ ਸਾਡੀ ਸਾਂਝੇਦਾਰੀ ਜਿਹੜੀ ਬਣੀ ਰਹੇ। ਸੋ ਇਸ ਧਾਗੇ ਨੂੰ ਲਿਆ ਕੇ ਵਪਾਰ ਦੀ ਜਗ੍ਹਾ ਤੇ ਕਿਤੇ ਵੀ ਟੰਗ ਦਿਓ, ਐਸਾ ਹਰ ਦੀਵਾਲੀ ਤੇ ਜਾਂ ਸ਼ੁਭ ਮਹੂਰਤ 'ਚ ਕਰਦੇ ਰਹੋ ਜਿਹਦੇ ਨਾਲ ਸਾਂਝੇਦਾਰੀ ਬਣੀ ਰਹੇਗੀ ਤੇ ਵਪਾਰ ਦੇ ਵਿੱਚ ਤਰੱਕੀ ਨਿਸ਼ਚਿਤ ਰੂਪ ਦੇ ਵਿੱਚ ਹੋਵੇਗੀ। ਜੇ ਕੁੰਡਲੀ ਦੇ ਵਿੱਚ ਕੇਤੂ ਜਿਹੜਾ ਪੰਚਮੇਸ਼ ਜਾਂ ਭਾਗੇਸ਼ ਦੇ ਨਾਲ ਸਥਿਤ ਹੋਵੇ ਤਾਂ ਲਸੁਨੀਆਂ ਧਾਰਨ ਕਰਨਾ ਲਾਭਕਾਰੀ ਹੁੰਦਾ ਹੈ। ਜੇ ਕੁੰਡਲੀ ਦੇ ਵਿੱਚ ਕੇਤੂ ਧਨੇਸ਼ ਭਾਗੇਸ਼ ਜਾਂ ਚਤੁਰਥੇਸ਼ ਦੇ ਨਾਲ ਸਥਿਤ ਹੋਵੇ ਤਾਂ ਉਹਦੇ ਦੁਆਰਾ ਦ੍ਰਿਸ਼ਟ ਵੀ ਹੋਵੇ ਤਾਂ ਲਸੁਨੀਆਂ ਪਹਿਨਣਾ ਵਧੀਆ ਹੋ ਸਕਦਾ ਹੈ। ਜੇ ਕੇਤੂ ਦੀ ਮਹਾਂਦਸ਼ਾ ਜਾਂ ਅੰਤਰਦਸ਼ਾ ਚੱਲ ਰਹੀ ਹੋਵੇ ਤਾਂ ਲਸੁਨੀਆਂ ਧਾਰਨ ਕਰਨਾ ਬਹੁਤ ਫਲਦਾਇਕ ਹੁੰਦਾ ਹੈ। ਸੋ ਕੇਤੂ ਨਾਲ ਸੰਬੰਧਿਤ ਵਸਤੂਆਂ ਜਾਂ ਸਥਿਤੀਆਂ ਦੇ ਵਿੱਚ ਤਰੱਕੀ ਦੇ ਲਈ ਲਸੁਨੀਆਂ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ। ਜੇ ਜਨਮ ਕੁੰਡਲੀ ਦੇ ਵਿੱਚ ਕੇਤੂ ਸ਼ੁਭ ਜਾਂ ਸੋਮਿਆ ਗ੍ਰਹਿਾਂ ਦੇ ਨਾਲ ਹੈਗਾ ਤਾਂ ਲਸੁਨੀਆਂ ਯਾਨੀ ਕਿ ਵੈਦੂਰਿਆ ਧਾਰਨ ਕਰਨ ਨਾਲ ਲਾਭ ਹੁੰਦਾ ਹੈ। ਜੇ ਕਿਸੇ ਵਿਅਕਤੀ ਨੂੰ ਭੂਤ ਪ੍ਰੇਤ ਵਾਧਾ ਜਾਂ ਇਹਦਾ ਡਰ ਹੋਵੇ ਤਾਂ ਉਹਨੂੰ ਵੀ ਲਸੁਨੀਆਂ ਜ਼ਰੂਰ ਪਾ ਲੈਣਾ ਚਾਹੀਦਾ। ਸੋ ਕੇਤੂ ਨਾਲ ਸੰਬੰਧਿਤ ਜਿਹੜਾ ਹੈ ਜਨਮ ਦੋਸ਼ ਦੀ ਨਿਵਰਤੀ ਦੇ ਲਈ ਲਸੁਨੀਆਂ ਪਾਉਣਾ ਬਹੁਤ ਵਧੀਆ ਹੋ ਸਕਦਾ ਹੈ। ਸੋ ਲਸੁਨੀਆਂ ਨਾਲ ਸੰਬੰਧਿਤ ਕੁਛ ਨਵੀਆਂ ਧਾਰਨਾਵਾਂ ਦੀ ਗੱਲ ਕਰਦੇ ਹਾਂ। ਕੁਛ ਜਿਹੜੇ ਹੈ ਪ੍ਰਸਿੱਧ ਜੋਤਿਸ਼ੀਆਂ ਦੀ ਵੀ ਇਹ ਰਾਏ ਹੈਗੀ ਹੈ ਕਿ ਕੇਤੂ ਇੱਕ ਛਾਇਆ ਗ੍ਰਹਿ ਹੈਗਾ, ਸੋ ਇਹਦੀ ਆਪਣੀ ਕੋਈ ਰਾਸ਼ੀ ਨਹੀਂ ਹੈ, ਇਸ ਲਈ ਕੇਤੂ ਜਦੋਂ ਲਗਨ ਤ੍ਰਿਕੋਣ ਜਾਂ ਤੀਜੇ ਛੇਵੇਂ ਜਾਂ ਗਿਆਰਵੇਂ ਭਾਵ ਦੇ ਵਿੱਚ ਸਥਿਤ ਹੋਵੇ ਤਾਂ ਉਹਦੀ ਮਹਾਂਦਸ਼ਾ ਦੇ ਵਿੱਚ ਲਸੁਨੀਆਂ ਧਾਰਨ ਕਰਨ ਦਾ ਲਾਭ ਹੁੰਦਾ ਹੈ। ਸੋ ਜੇ ਜਨਮ ਕੁੰਡਲੀ ਦੇ ਵਿੱਚ ਕੇਤੂ ਦੂਜੇ ਸੱਤਵੇਂ ਅੱਠਵੇਂ ਜਾਂ ਬਾਰਵੇਂ ਭਾਵ ਦੇ ਵਿੱਚ ਸਥਿਤ ਹੋਵੇ ਤਾਂ ਲਸੁਨੀਆਂ ਧਾਰਨ ਨਹੀਂ ਕਰਨਾ ਚਾਹੀਦਾ। ਸੋ ਜੇ ਕੋਈ ਵਿਅਕਤੀ ਲਸੁਨੀਆਂ ਜਾਂ ਕੋਈ ਉਪਰਤ ਨਾ ਖਰੀਦ ਸਕੇ ਤਾਂ ਉਹਨੂੰ ਇਹਦਾ ਵਿਕਲਪ ਧਾਰਨ ਕਰ ਲੈਣਾ ਚਾਹੀਦਾ। ਸੋ ਇਹਦੇ ਬਦਲੇ ਦੇ ਵਿੱਚ ਦਰਿਆਈ ਲਸੁਨੀਆਂ ਯਾਨੀ ਕਿ ਟਾਈਗਰ ਆਈ ਪਾਇਆ ਜਾ ਸਕਦਾ। ਸੋ ਇਹਦੇ ਨਾਲ ਨਾਲ ਮਾਨਿਕ ਮੂੰਗਾ ਮੋਤੀ ਅਤੇ ਪੀਲਾ ਪੁਖਰਾਜ ਨਹੀਂ ਪਾਉਣਾ ਚਾਹੀਦਾ। ਲਸੁਨੀਆਂ ਦੇ ਪ੍ਰਯੋਗ ਦੇ ਬਾਰੇ ਆਪਾਂ ਗੱਲ ਕਰਦੇ ਹਾਂ। ਸੋ ਸ਼ਨੀਵਾਰ ਨੂੰ ਜਿਹੜਾ ਹੈ ਚਾਂਦੀ ਦੀ ਅੰਗੂਠੀ ਦੇ ਵਿੱਚ ਲਸੁਨੀਆਂ ਜੜਵਾ ਕੇ ਵਿਧੀ ਪੂਰਵਕ ਉਹਦੀ ਉਪਾਸਨਾ ਕਰੀਏ, ਫਿਰ ਸ਼ਰਧਾ ਦੇ ਨਾਲ ਇਹਨੂੰ ਜਿਹੜਾ ਅੱਧੀ ਰਾਤ ਦੇ ਸਮੇਂ ਮੱਧਮਾ ਜਾਂ ਕਨਿਸ਼ਠਿਕਾ ਉਂਗਲੀ ਦੇ ਵਿੱਚ ਅਸੀਂ ਧਾਰਨ ਕਰੀਏ। ਸੋ ਇਹਦਾ ਵਜ਼ਨ ਜਿਹੜਾ ਘੱਟੋ ਘੱਟ 3 ਰੱਤੀ ਨਹੀਂ ਹੋਣਾ ਚਾਹੀਦਾ। ਇਹਨੂੰ ਧਾਰਨ ਕਰਨ ਤੋਂ ਪਹਿਲਾਂ ਓਮ ਕੇ ਕੇਤਵੇ ਨਵਾਂ ਮੰਤਰ ਦਾ ਜਿਹੜਾ 17,000 ਵਾਰੀ ਜਾਪ ਜ਼ਰੂਰ ਕਰਨਾ ਚਾਹੀਦਾ। ਸੋ ਇਹਦੇ ਬਾਰੇ ਅਸੀਂ ਇਹੀ ਦੱਸਣਾ ਚਾਹਾਂਗੇ ਕਿ ਜਿੰਨੇ ਵੀ ਇਹ ਸਟੋਨਸ ਨੇ ਅਸਲੀ ਸਿੱਧ ਕੀਤੇ ਹੋਏ ਲੈਬੋਰਟਰੀ ਟੈਸਟਿੰਗ ਰਿਪੋਰਟ ਦੇ ਨਾਲ ਹੀ ਅਸੀਂ ਪਾਈਏ ਤਾਂ ਜ਼ਿਆਦਾ ਸਾਨੂੰ ਫਾਇਦਾ ਹੋ ਸਕਦਾ, ਜਿਹੜੇ ਤੁਸੀਂ ਸਾਡੇ ਤੋਂ ਹਾਸਲ ਕਰ ਸਕਦੇ ਹੋ ਜੀ। ਸੋ ਮੇਸ਼ਾ ਦੀ ਕਿ ਏਰਿਸ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਜਿਹੜਾ ਹੈ ਥੋੜ੍ਹਾ ਜਿਹਾ ਤੁਹਾਡੀ ਪ੍ਰੇਮਿਕਾ ਦੇ ਨਾਲ ਝਗੜਾ ਹੋ ਸਕਦਾ। ਵਰਿਸ਼ ਯਾਨੀ ਕਿ ਟੌਰਸ ਰਾਸ਼ੀ ਵਾਲਿਆਂ ਦੇ ਲਈ ਵਿਦੇਸ਼ ਦੀ ਉਡਾਨ ਤੁਹਾਡਾ ਇੰਤਜ਼ਾਰ ਕਰ ਸਕਦੀ ਹੈ, ਜਦਕਿ ਮਿਥੁਨ ਰਾਸ਼ੀ ਵਾਲੇ ਮੈਂਟਲੀ ਟੈਨਸ਼ਨ ਬਿਜ਼ਨਸ ਦੇ ਵਿੱਚ ਹਾਵੀ ਹੋ ਸਕਦੀ ਹੈ। ਕਰਕ ਵਾਲਿਆਂ ਦੇ ਲਈ ਅੱਜ ਦੂਰ ਦੁਰਾਡੇ ਤੋਂ ਚੰਗੇ ਸੁੱਖ ਸੁਨੇਹੇ ਆ ਸਕਦੇ ਹੈ। ਸਿੰਘ ਵਾਲੇ ਭੱਜ ਦੌੜ ਬਣੀ ਰਹੇਗੀ ਲੇਕਿਨ ਫਿਰ ਵੀ ਦਿਨ ਥੋੜ੍ਹਾ ਵਧੀਆ ਰਹੇਗਾ। ਕੰਨਿਆ ਵਾਲਿਆਂ ਦੇ ਲਈ ਜਿਹੜਾ ਹੈ ਕੋਈ ਚੰਗਾ ਸਮਾਚਾਰ ਅੱਜ ਤੁਹਾਡੇ ਦਿਨ ਨੂੰ ਬਹੁਤ ਵਧੀਆ ਬਣਾ ਸਕਦਾ। ਤੁਲਾ ਵਾਲਿਆਂ ਦੇ ਲਈ ਥੋੜ੍ਹਾ ਜਿਹਾ ਜਿਹੜਾ ਹੈ ਅੱਜ ਤੁਹਾਨੂੰ ਬਹੁਤ ਨਜ਼ਦੀਕੀ ਮਿੱਤਰਾਂ 'ਤੇ ਯਕੀਨ ਕਰਨਾ ਪਏਗਾ ਜਿਹਦੇ ਨਾਲ ਲਾਈਫ ਅੱਛੀ ਹੋ ਸਕਦੀ ਹੈ। ਵਰਿਸ਼ਚਿਕ ਵਾਲੇ ਅੱਜ ਦਾ ਦਿਨ ਜਿਹੜਾ ਹੈਗਾ ਕਿਸੇ ਦੇ ਉੱਤੇ ਵੀ ਬਿਲੀਵ ਕਰਨਾ ਤੁਹਾਡੇ ਲਈ ਭਾਰੀ ਪੈ ਸਕਦਾ ਹੈ। ਸੋ ਧਨੂ ਵਾਲਿਆਂ ਦੇ ਲਈ ਜਿਹੜਾ ਹੈ ਨਵੀਂ ਨੌਕਰੀ ਮਿਲਣ ਦੇ ਆਸਾਰ ਬਣਦੇ ਆ, ਜਦਕਿ ਮੱਕਰ ਵਾਲਿਆਂ ਦਾ ਪੇਟ ਖਰਾਬ ਹੋ ਸਕਦਾ। ਕੁੰਭ ਵਾਲਿਆਂ ਨੂੰ ਸਰਕਾਰੀ ਅਧਿਕਾਰੀਆਂ ਦੇ ਨਾਲ ਚੰਗਾ ਪਿਆਰ ਬਣ ਸਕਦਾ ਤੇ ਮੀਨ ਵਾਲੇ ਜਿਹੜੇ ਨੇ ਦੂਰ ਦੁਰਾਡੇ ਦੀ ਲੰਬੀ ਯਾਤਰਾ ਤੇ ਜਾ ਸਕਦੇ ਨੇ। ਜੇ ਤੁਸੀਂ ਇਸ ਕਮਿੰਦਰ ਜੀ ਨੂੰ ਮਿਲਣਾ ਚਾਹੁੰਦੇ ਹੋ, ਉਹਨਾਂ ਤੋਂ ਵਾਸ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹੋ ਜਾਂ ਉਹਨਾਂ ਤੋਂ ਸਿੱਧ ਕੀਤੇ ਹੋਏ ਰਤਨ ਪਾਉਣਾ ਚਾਹੁੰਦੇ ਹੋ ਤਾਂ ਉਹਨਾਂ ਤੋਂ ਫੋਨ ਕਰਕੇ ਸਮਾਂ ਲੈ ਲਓ। ਉਹਨਾਂ ਦਾ ਪਤਾ ਹੈ ਜੋਸ਼ੀ ਸੁਖਮਿੰਦਰ ਜੀ ਗੋਲਡ ਮੈਡਲਿਸਟ PG ਸਰਾਭਾ ਨਗਰ ਲੁਧਿਆਣਾ ਪੰਜਾਬ ਇੰਡੀਆ। ਫੋਨ 98 726 533 94 170 533। ਤੁਸੀਂ ਇਸ ਪ੍ਰੋਗਰਾਮ ਨੂੰ ਫੇਸਬੁੱਕ ਅਤੇ ਯੂਟਿਊਬ ਤੇ ਵੀ ਵੇਖ ਸਕਦੇ ਹੋ। ਹੁਣ ਸਾਨੂੰ ਇਜਾਜ਼ਤ ਦਿਓ, ਕੱਲ ਫੇਰ ਮਿਲਾਂਗੇ। ਨਮਸਕਾਰ। ਸੋ ਜਾਣ ਤੋਂ ਪਹਿਲਾਂ ਫਿਰ ਰੋਜ਼ ਵਾਲੀ ਉਹੀ ਬੇਨਤੀ ਕਿ ਸਭ ਤੋਂ ਵੱਡਾ ਦਰਜਾ ਮਾਂ ਦਾ ਜਦੋਂ ਵੀ ਘਰੋਂ ਜਾਂਦੇ ਹੋ ਮਾਂ ਦੇ ਚਰਨ ਛੂ ਕੇ ਜਾਓ, ਪਿਤਾ ਜੀ ਦਾ ਆਸ਼ੀਰਵਾਦ ਲੈ ਕੇ ਜਾਓ। ਕਦੀ ਵੀ ਝੂਠ ਨਾ ਬੋਲੋ, ਗਾਲਾਂ ਨਾ ਕੱਢੋ, ਕਿਸੇ ਦਾ ਮਾੜਾ ਨਾ ਕਰੋ, ਨੇਕੀ ਇਮਾਨਦਾਰੀ ਸੱਚਾਈ ਅਛਾਈ ਦੇ ਰਸਤੇ ਤੇ ਚੱਲਦੇ ਰਹੋ ਤੇ ਜਿਹੜਾ ਹੈ ਦਸਵੰਦ ਕੱਢ ਕੇ ਨੇਕ ਕੰਮਾਂ 'ਚ ਜ਼ਰੂਰ ਲਗਾ ਦਿਆ ਕਰੋ। ਤੁਹਾਡੇ ਸਾਰੇ ਸਿਤਾਰੇ ਬਹੁਤ ਵਧੀਆ ਹੋਣਗੇ। ਕੱਲ੍ਹ ਫਿਰ ਮਿਲਾਂਗੇ ਜੀ, ਕੱਲ੍ਹ ਤੱਕ ਲਈ ਨਮਸਕਾਰ।